ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਅਤੇ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਨਵੇਂ ਵਲੌਗ ਦੇ ਵਿੱਚ। ਅਤੇ ਸਵੇਰ ਦੇ 8 ਵਜੇ ਹੋਏ ਆ। ਇਹ ਹੈ ਈਜਿਪਟ ਦਾ ਸ਼ਹਿਰ ਲਕਸੌਰ, ਅਤੇ ਅਸੀਂ ਹਾਂ ਫਿਲਹਾਲ ਆਪਣੇ ਹੋਟਲ ਦੇ ਵਿੱਚ। ਅਤੇ ਸਵੇਰ ਦੀ ਚਹਿਲ ਪਹਿਲ ਇੱਥੇ ਦੀ ਕੁਛ ਇਹੋ ਜਿਹੀ ਹੁੰਦੀ ਹੈ। ਅਤੇ ਅੱਜ ਅਸੀਂ ਤੁਹਾਨੂੰ ਦਿਖਾ ਕੇ ਲਿਆਵਾਂਗੇ ਵੈਲੀ ਆਫ ਦੀ ਕਿੰਗਸ, ਜਿਹੜਾ ਮਿਸਰ ਦੇ ਰਾਜੇ ਸੀਗੇ ਉਹਨਾਂ ਦਾ ਰਹਿਣ ਸਹਿਣ ਸੀ ਜਿਹੜਾ ਉਹ ਕਿਹੋ ਜਿਹਾ ਸੀ। ਅਤੇ ਵੈਲੀ ਆਫ ਦੀ ਕੁਈਨਜ਼ ਵੀ ਪੈਂਦੇ ਆ, ਅਤੇ ਹੋਰ ਬਹੁਤ ਸਾਰੇ ਜਿਹੜੇ ਮਸ਼ਹੂਰ ਮੰਦਰ ਆ ਇੱਥੇ ਉਹ ਵੀ ਦੇਖਣ ਵਾਲੇ ਆ। ਲਕਸੌਰ ਜਿਹੜਾ ਸ਼ਹਿਰ ਹੈ ਨਾ, ਇਹਨੂੰ ਲੋਕਲ ਲੋਕ ਲੋਸਰ ਵੀ ਬੋਲ ਦਿੰਦੇ, ਅਤੇ ਇਹ ਸ਼ਹਿਰ ਮੰਦਰਾਂ ਦੇ ਨਾਲ ਭਰਿਆ ਹੋਇਆ। ਬਹੁਤ ਜ਼ਿਆਦਾ ਮੰਦਰ ਨੇ ਇਹ ਸ਼ਹਿਰ 'ਚ, ਅਤੇ ਬਹੁਤ ਪੁਰਾਣੇ ਤੋਂ ਪੁਰਾਣੇ ਮੰਦਰ ਨੇ ਇਹ ਸ਼ਹਿਰ 'ਚ, ਅਤੇ ਤੁਹਾਨੂੰ ਉਹ ਸਾਰਾ ਆਲਾ ਦੁਆਲਾ ਸਿਟੀ ਦਾ ਅੱਜ ਇਸ ਵਲੌਗ ਦੇ ਰਾਹੀਂ ਦੇਖਣ ਨੂੰ ਮਿਲੂ। ਅੱਜ ਜਿਹੜਾ ਕੁਛ ਖਾਣ ਪੀਣ ਨੂੰ ਇਹਨਾਂ ਨੇ ਘਾਚਾ ਪਾਚਾ ਦਿੱਤਾ, ਤਾਂ ਸਮਝ ਮੈਨੂੰ ਵੀ ਨਹੀਂ ਆਈ ਵੀ ਕੀ ਕੁਛ ਹੈ। ਬਾ ਜਿਵੇਂ ਵਿਆਹ 'ਚ ਪਲੇਟਾਂ ਚੱਕਦੇ ਹੁੰਦੇ ਆ, ਪਲੇਟਾਂ ਭਰ ਲਈਆਂ, ਢਿੱਡ ਤਾਂ ਭਰਾਂਗੇ, ਹੁਣ ਕੁਛ ਨਾ ਕੁਛ ਤਾਂ ਖਾਣੀ ਹੈ। ਇਕੱਲਾ ਪਤਾ ਬੇਕਰੀ ਦੀਆਂ ਆਈਟਮਸ ਨੇ, ਇਹ ਬਹੁਤ ਸਵਾਦ ਹੁੰਦੀਆਂ ਇੱਥੇ ਜਾਂਦੇ ਸੀ ਈਜਿਪਟ 'ਚ ਆਏ। ਅਤੇ ਇੱਧਰ ਆ ਸਾਰਾ ਫਰੂਟ ਹੈ ਅਤੇ ਸੈਲਡ ਹੈ ਕੁਛ, ਅਤੇ ਨਾਲ ਹਰੀਆਂ ਮਿਰਚਾਂ ਨਾਲ ਹੀ ਢਿੱਡ ਭਰਨਗੇ ਹੁਣ ਸਾਡਾ ਇਹ। ਤੇ ਇਹਦਾ ਮੈਨੂੰ ਕੁਛ ਨਹੀਂ ਸਮਝ ਲੱਗਿਆ, ਥੋੜਾ ਥੋੜਾ ਬਸ ਸਾਰਾ ਕੁਛ ਹੀ ਪਾ ਲੈਂਦਾ। ਅਸਲ 'ਚ ਗੱਲ ਇਹ ਆ ਕਿ ਆਪਸ਼ਨਸ ਬਹੁਤ ਜ਼ਿਆਦਾ ਦਿੱਤੀਆਂ ਇਹਨਾਂ ਨੇ, ਸੋ ਬੰਦੇ ਨੂੰ ਦੇਖ ਕੇ ਆਏ ਹੋ ਜਾਂਦਾ ਵੀ ਮੈਂ ਹੁਣ ਕੀ ਖਾਵਾਂ, ਬਟ ਮੈਨੂੰ ਲੱਗ ਰਿਹਾ ਕਿ ਵਧੀਆ ਹੋਊਗਾ ਇਹਨਾਂ ਦਾ। ਹੁਣ ਬ੍ਰੇਕਫਾਸਟ ਹੋ ਗਿਆ ਅਤੇ ਹੁਣ ਚੱਲੀ ਆਪਾਂ ਬਾਹਰਲੇ ਪਾਸੇ। ਸਾਹਮਣੇ ਵਾਲੇ ਪਾਸੇ ਨੀਲ ਦਰਿਆ ਆਊਗਾ ਸਾਰਾ, ਜਿਹੜਾ ਉੱਪਰਲੇ ਪਾਸੇ ਆਪਾਂ ਨੂੰ ਕਮਰੇ 'ਚੋਂ ਦਿਖਦਾ ਸੀ ਨਾ ਵਗਦਾ। ਅਤੇ ਨੀਲ ਦਰਿਆ ਤੋਂ ਹੁਣ ਦੇਖਦੇ ਹਾਂ ਫੈਰੀ ਲਵਾਂਗੇ, ਕਿਉਂਕਿ ਅਸੀਂ ਇਹਦੇ ਪਰਾਂਲੇ ਪਾਸੇ ਜਾਣਾ। ਜਿਹੜਾ ਸਾਡਾ ਹੋਟਲ ਹੈ ਇੱਧਰਲੇ ਪਾਸੇ, ਮਤਲਬ ਇੱਧਰਲੇ ਦੂਜੇ ਕਿਨਾਰੇ 'ਤੇ ਹੈ, ਉਹ ਉੱਥੇ ਕਮਰਾ ਸੀਗਾ ਸਾਡਾ ਉਹਨਾਂ 'ਚ ਉੱਪਰ। ਅਤੇ ਪਰ ਅਸੀਂ ਪਰਲੇ ਕਿਨਾਰੇ 'ਤੇ ਜਾਣਾ, ਮੰਦਰ ਪਰਲੇ ਕਿਨਾਰੇ 'ਤੇ ਹੈ। ਇੱਥੇ ਅਸੀਂ ਰਹਿਣਾ ਗਾ ਇਹ ਸ਼ਹਿਰ 'ਚ 3 ਕੁ ਦਿਨ, 3 ਦਿਨ ਅਸੀਂ ਇੱਥੇ ਹਾਂ। ਅਤੇ ਹਰ ਸ਼ਹਿਰ 'ਚ ਨਾ ਅਸੀਂ 2-2, 3-3 ਦਿਨ ਲਾਏ ਹੈ, ਜਿਹੜੇ ਇਜਿਪਟ ਦੇ ਸ਼ਹਿਰ ਮਤਲਬ ਇੰਨੇ ਕੁ ਦੇਖਣ ਵਾਲੇ ਹੈਗੇ ਆ। ਸਾਨੂੰ ਹਜੇ ਵੀ ਐਂ ਲੱਗ ਰਿਹਾ ਵੀ ਹੋਰ ਟਾਈਮ ਲਾ ਸਕਦੇ ਸੀਗੇ, ਬਹੁਤ ਵਧੀਆ ਐਨਰਜੀ ਲੱਗਿਆ ਇਜਿਪਟ ਆ ਕੇ। ਪੂਲ 'ਚ ਪਾਣੀ ਫਰੈਸ਼ ਲੱਗਦਾ ਮੈਨੂੰ। ਹਾਂਜੀ, ਨਿਆਣੇ ਵਾਲਾ ਪੂਲ ਆ ਤਾਂ, ਉਧਰ ਆਪਣੇ ਵਾਲਾ ਵੀ ਹੈਗਾ ਵੱਡੇ ਵਾਲਾ। ਹੈਲੋ ਮਾਈ ਫਰੈਂਡ ਹਬੀਬੀ, ਇਹ ਅੱਗੇ ਦੇਖੋ ਇਹ ਸ਼ਾਮ ਨੂੰ ਬੈਠਣ ਨੂੰ ਲਾਏ ਹੋਏ ਆ, ਮਤਲਬ ਜੇ ਤੁਸੀਂ ਸਨਸੈਟ ਦੇਖਣਾ ਹੈ ਜਾਂ ਇੱਥੇ ਆਹ ਚੀਜ਼ਾਂ ਲੱਗੀਆਂ ਹੋਈਆਂ ਹੈਗੀਆਂ। ਅਤੇ ਸਨਸੈਟ ਇੱਧਰਲੇ ਸਾਹਮਣੇ ਵਾਲੇ ਪਾਸੇ ਹੁੰਦਾ ਹੈਗਾ। ਕਿਸ਼ਤੀ ਦਿਖ ਨਹੀਂ ਰਹੀ, ਉਹ ਆ ਗਈ ਖੁਸ਼ੀ, ਉਹ ਬੋਟਸ ਲੱਗੀਆਂ ਹੋਈਆਂ, ਇਹ ਹੋਟਲ ਵਾਲਿਆਂ ਨੇ ਬੋਟਸ ਦਿੱਤੀਆਂ ਹੈਗੀਆਂ, ਮਤਲਬ ਉੱਧਰਲੇ ਪਾਸੇ ਤੁਸੀਂ ਜਾ ਸਕਦੇ ਹੋ। ਇੱਥੋਂ ਪਰਲਾ ਕਿਨਾਰਾ ਹੁਣ ਤੁਹਾਨੂੰ ਦਿਖਦਾ ਹੋਊ, ਅਤੇ ਜਿੱਥੇ ਆਪਾਂ ਜਾਣਾ ਉਹ ਮੰਦਰ ਵੀ ਮੈਂ ਤੁਹਾਨੂੰ ਦਿਖਾ ਦਾਂ। ਉਹ ਦੇਖੋ ਸਾਹਮਣੇ ਉਹ ਪਹਾੜ ਦਿਖਦਾ ਨਾ, ਥੋੜ੍ਹਾ ਜਿਹਾ ਉਹ ਪਹਾੜ, ਉਹ ਪਹਾੜ ਦੇ ਥੱਲੇ ਮੰਦਰ ਨੇ, ਉਹ ਵਾਹਵਾ ਦੂਰ ਨੇ, ਦੇਖਣ ਨੂੰ ਨੇੜੇ ਲੱਗਦਾ। ਜਿਹੜਾ ਇਹ ਨੀਲ ਦਰਿਆ ਨਾ, ਇਹਨੂੰ ਤੁਸੀਂ ਮਿਸਰ ਦੇ ਹਰ ਸ਼ਹਿਰ 'ਚ ਦੇਖੋਗੇ, ਇਹ ਕਾਇਰੋ ਤੋਂ ਲੈ ਕੇ ਮਤਲਬ ਸੁਡਾਨ ਤੱਕ ਉੱਪਰੋਂ ਲੱਗਿਆ, ਅਸਲ 'ਚ ਅਲੈਗਜ਼ੈਂਡਰੀਆ ਤੋਂ, ਅਲੈਗਜ਼ੈਂਡਰੀਆ ਕਾਇਰੋ, ਉਦੋਂ ਬਾਅਦ 'ਚ ਆ ਜਾਂਦਾ ਲਕਸੌਰ, ਫਿਰ ਅਦਫੂ, ਫਿਰ ਆਸਵਾਨ, ਫਿਰ ਅੱਗੇ ਅੱਬੂ ਸਿੰਬਲ, ਜਿੰਨੇ ਵੀ ਸ਼ਹਿਰ ਹੈ ਹਰੇਕ ਸ਼ਹਿਰ ਵਿੱਚੋਂ ਦੀ ਲੰਘਦਾ। ਉਹਦੇ ਦੋ ਕਾਰਨ ਹੈ, ਇੱਕ ਕਾਰਨ ਤਾਂ ਮਤਲਬ ਇਹ ਹੈ ਵੀ ਇਹਦੀ ਜਿਹੜੀ ਆਬਾਦੀ ਹੈ ਅਤੇ ਇਜਿਪਟ ਦੀ ਸਾਰੀ, ਉਹ ਨੀਲ ਦੇ ਕਿਨਾਰੀ ਵਸੀ ਹੋਈ ਹੈ, 930 ਕਿਲੋਮੀਟਰ ਇਹਦੀ ਲੈਂਥ ਹੈਗੀ। ਦੂਜਾ ਇਹ ਹੈ ਵੀ ਇਹ ਨੌਰਥ ਤੋਂ ਸਾਊਥ ਵਗਦਾ ਹੈਗਾ, ਜਿਵੇਂ ਆਪਣੇ ਪੰਜਾਬ 'ਚ ਤੁਸੀਂ ਕਹਿ ਦਈਏ ਆਪਾਂ
ਵੀ ਪਠਾਨਕੋਟ ਤੋਂ ਲੈ ਕੇ ਅੰਬਾਲੇ ਤੱਕ ਜਾਂ ਜਿੱਥੇ ਪੰਜਾਬ ਦੀ ਹੱਦ ਖਤਮ ਹੁੰਦੀ ਜਾਂ ਇੰਡੀਆ 'ਚ ਕਸ਼ਮੀਰ ਤੋਂ ਲੈ ਕੇ ਕੰਨਿਆਕੁਮਾਰੀ ਤੱਕ ਬਿਲਕੁਲ ਸਿੱਧੀ ਲਾਈਨ 'ਚ ਇਹ ਉੱਪਰਲੇ ਪਾਸਿਓਂ ਨੌਰਥ ਤੋਂ ਸਾਊਥ ਨੂੰ ਆਉਂਦਾ ਹੈਗਾ। ਉੱਪਰ ਇਹਦੇ ਮੈਡੀਟੇਰੀਅਨ ਸੀ ਆ, ਹੇਠਾਂ ਇਹਦੇ ਸੁਡਾਨ ਹੈ, ਅਤੇ ਪੂਰੇ ਮਿਸਰ ਵਿੱਚੋਂ ਨਹੀਂ ਲੰਘਦਾ। ਤਾਂ ਹੀ ਕਰਕੇ ਹਰੇਕ ਸ਼ਹਿਰ 'ਚ ਤੁਹਾਨੂੰ ਇਹ ਮਿਲੂਗਾ। ਕਾਇਰੋ ਦੇ ਵਿੱਚ ਵੀ ਮਤਲਬ ਇਹ ਦਰਿਆ ਮਿਲਦਾ। ਕਾਇਰੋ 'ਚ ਅਸੀਂ ਦੇਖਿਆ ਨਹੀਂ ਸੀ ਕਿਉਂਕਿ ਸਾਨੂੰ ਪਤਾ ਹੀ ਸੀ ਵੀ ਅਸੀਂ ਬਾਕੀ ਹੋਰ ਸਿਟੀ 'ਚ ਘੁੰਮਣੇ ਆ, ਅਤੇ ਉਦੋਂ ਮਤਲਬ ਇਹਨੂੰ ਦੇਖਾਂਗੇ। ਲੈ ਵੀ ਚੱਲੀਏ ਯਾਰ, ਘੰਟਾ ਲੱਗ ਗਿਆ ਸਾਨੂੰ ਇੱਥੇ ਗੇੜੇ ਕਾੜੇ ਕਰਦੇ ਨੂੰ, ਬ੍ਰੇਕਫਾਸਟ ਕਰਦੇ ਨੂੰ, ਧੁੱਪ ਬਹੁਤ ਚੜ੍ਹੇ। ਆ ਜਾਓ ਜੀ, ਆ ਜਾਓ, ਹੁਣ ਚੱਲੀਏ। ਜਿਹੜੀ ਬਾਕੀ ਰਹਿੰਦੀ ਜਾਣਕਾਰੀ ਉਹ ਆਪਾਂ ਹੇਠਾਂ ਜਾ ਕੇ ਦੇ ਦਾਂਗੇ। ਲੈ ਵੀ ਹੁਣ ਅਸੀਂ ਉਹ ਬੋਟ ਲੈਂਦੇ ਹਾਂ ਕਿਉਂਕਿ ਲੇਟ ਬਹੁਤ ਆ। ਬੈਠੋ ਜੀ, ਮਾਈਂਡ ਯੂਅਰ ਹੈਡ ਖੁਸ਼ੀ। ਥੈਂਕ ਯੂ ਵੈਰੀ ਮਚ। ਇਹ ਰਹਿ ਗਿਆ ਬਈ ਪਿਛਲੇ ਪਾਸੇ ਇੱਧਰਲਾ ਕਿਨਾਰਾ, ਅਤੇ ਤੁਹਾਨੂੰ ਇੱਕ ਗੱਲ ਹੋਰ ਦੱਸਦਾ, ਇੱਥੇ ਦੋਨੇ ਕਿਨਾਰਿਆਂ ਲਈ ਦਿਨ ਚਾਹੀਦੀ ਹੈ। ਜਿਵੇਂ ਤੁਹਾਨੂੰ ਇੱਕ ਜਾਂ ਦੋ ਦਿਨ ਦਾ ਸਪੈਸ਼ਲ ਵੈਸਟ ਬੈਂਕ ਲਈ ਚਾਹੀਦਾ, ਇਹਨੂੰ ਵੈਸਟ ਬੈਂਕ ਅਤੇ ਈਸਟ ਬੈਂਕ ਬੋਲ ਦਿੰਦੇ ਆ। ਮਤਲਬ ਵੈਸਟ ਬੈਂਕ ਪੱਛਮੀ ਕਿਨਾਰਾ ਜਿਹੜਾ, ਅਤੇ ਇੱਕ ਈਸਟ ਵਾਲਾ ਚੜ੍ਹਦੇ ਵਾਲੇ ਪਾਸੇ ਵਾਲਾ ਆ ਗਿਆ ਹੈਗਾ ਪੂਰਬੀ ਕਿਨਾਰਾ। ਅਤੇ ਇੱਧਰ ਵੀ ਕੁਛ ਮੰਦਿਰ ਨੇ, ਮਤਲਬ ਇੱਧਰਲੇ ਪਾਸੇ ਵੀ ਬਹੁਤ ਚੀਜ਼ਾਂ ਦੇਖਣ ਵਾਲੀਆਂ। ਲਕਸੌਰ ਸ਼ਹਿਰ ਬਹੁਤ ਵੱਡਾ, ਅਤੇ ਇੱਕ ਦੋ ਦਿਨ ਅਸੀਂ ਇੱਧਰ ਲਾਵਾਂਗੇ। ਅਤੇ ਅੱਜ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਆ, ਉਹ ਤੁਹਾਨੂੰ ਦਿਖਾਉਣ ਜਾ ਰਹੇ ਹਾਂ। ਪਰਾਂ ਵਾਲੇ ਪਾਸੇ ਹੁਣ ਉੱਤਰ ਲਈਏ ਆਪਾਂ, ਫਿਰ ਗੱਲਾਂ ਬਾਤਾਂ ਕਰਾਂਗੇ। ਲੈ ਵੀ ਲੱਗ ਗਈ ਆਪਣੀ ਕਿਸ਼ਤੀ ਕਿਨਾਰੇ 'ਤੇ। ਅਭੀ ਵੀ ਸਲਾਮ ਅਲੈਕਮ। Salama, how are you? Habibi, fine? Fine, not too bad. I'm about 99.5% alhamdulillah. Oh, what is your name? Muhammad Shakespeare? Yes. Le, ida Muhammad sahab naal natakkar vi hai, Shakespeare hai. Okay. Let's go. Okay. Eh hun apne ajj da guide honge. Yeah, this is with you. This is the Chinese. Chinese man. No, the Chinese guest. Okay, Chinese guest. Okay. Okay, shukran. Okay. Yeah. Not Chinese. I know. Yeah. And pak to pehchan le. Okay. How shall the good day? La, thank you. La bhi eh apne dooje passe aa gaye, hun apne gaddi leke jaan gaye aj apne naal agge de jehde apne driver eh bhai ne sad liya. ਇਹ ਬੋਟ ਦੇ ਸੀ ਅਤੇ ਹੁਣ ਅੱਗੇ ਕਾਰ ਵੀ ਕਰ ਲਈ ਕਿਉਂਕਿ ਮੰਦਿਰ ਇੱਥੋਂ ਦੂਰ ਨੇ ਥੋੜ੍ਹੇ ਜਿਹੇ। ਇਹ ਲਓ ਜੀ ਆਪਣੀ ਇਜਿਪਟ ਦੀ ਗੱਡੀ ਆ ਗਈ, ਇਹ ਦੇਖੋ ਇਜਿਪਟ। ਪਤਾ ਨਹੀਂ ਕਿਹੜੇ ਕਿਹੜੀਆਂ ਮਾਡਲ ਕਾਰਸ ਇੱਥੇ ਚੱਲਦੀਆਂ ਗੀਆਂ। ਬੱਲੇ, ਮੈਂ ਅੱਗੇ ਬਹਿਣਾ ਖੁਸ਼ੀ, ਤੁਸੀਂ ਬੈਠੋ। ਓਕੇ, ਕੈਨ ਆਈ ਸਿਟ ਔਨ ਫਰੰਟ? ਫਰੰਟ ਯਾ? ਓਕੇ, ਸ਼ੁਕਰਾਨ। ਬਾਬਾ ਮਾਡਲ ਬਾਹਲੀ ਪੁਰਾਣੀ ਆ, ਪਤਾ ਨਹੀਂ ਕਿਵੇਂ ਲੱਗੂ, ਖੁੱਲਦੀ ਨਹੀਂ ਹੈਗੀ। ਚੱਕ, ਓਕੇ, nice car. I really like it. Thank you very much. Okay, Mohammed. Okay, see you brother. Soon. See you, brother. Okay. I wish all the best. Yeah, thank you so bye much. Bye. Okay, le bhai sanu takriban koi 20-25 minute di drive de baad itthe chhadda. Eh parking area sab to pehla aaye assi Valley of the Kings, te edu baad ch assi jana hai ik mandir ch Hatshepsut. Yaar mainu naam nahi yaad aa reha bhi oda naam ki aa. ਨਹੀਂ, ਨਾਮ ਤਾਂ ਮੈਨੂੰ ਯਾਦ ਆ, ਮੈਨੂੰ ਸਪੈਲ ਕਰਨਾ ਪ੍ਰੋਨਾਊਂਸ ਕਰਨਾ ਨਹੀਂ ਆ ਰਿਹਾ ਉਹਨੂੰ। ਵੈਸੇ ਮੁਹੰਮਦ ਨੇ ਮੈਨੂੰ ਦੱਸਿਆ, ਕਹਿੰਦਾ ਹਾਫ ਚਿਕਨ ਸੂਪ ਬੋਲ ਦਿੰਦੇ ਆਪਾਂ, ਨਹੀਂ ਹਾਫ ਚਿਕਨ ਸੂਪ। ਮੈਂ ਇੱਥੇ ਨਾਮ ਉਹਦਾ ਮੈਂਸ਼ਨ ਕਰ ਦਿੰਦਾ,
ਮਤਲਬ ਮੰਦਰ ਦਾ, ਉਹ ਮੰਦਰ ਜਾਣਾ, ਉਹਦੇ ਬਾਅਦ ਕੁਈਨਸ ਵੈਲੀ। ਇਹ ਤਿੰਨ ਡੈਸਟੀਨੇਸ਼ਨ ਹੈ ਆਪਣੀਆਂ ਅੱਜ ਦੀਆਂ। ਇਹ ਬਈ ਇੱਥੇ ਗਾਈਡ ਬੁੱਕ ਵਾਲੇ ਵੀ ਮਿਲ ਜਾਂਦੇ ਆ, ਅਤੇ ਇੱਕ ਅਸੀਂ ਲਈ ਲਵਾਂਗੇ ਅਤੇ ਸਾਨੂੰ ਦੱਸ ਦਿਓ ਨਾਲ ਨਾਲ, ਇਹ ਤੋਂ ਪੜ੍ਹ ਕੇ ਤੁਹਾਨੂੰ ਦੱਸਦੇ ਰਹਾਂਗੇ। ਵੈਲੀ ਆਫ ਦੀ ਕਿੰਗਸ, ਅਤੇ ਇਹ ਜਗ੍ਹਾ ਦਾ ਇਤਿਹਾਸ ਹੈ ਮੈਂ ਜਿਹੜਾ ਤੁਹਾਨੂੰ ਦੱਸਦੇ ਹਾਂ। ਅਤੇ ਬਾਕੀ ਹੁਣ ਸਭ ਤੋਂ ਪਹਿਲਾਂ ਅਸੀਂ ਟਿਕਟ ਕਾਊਂਟਰ 'ਤੇ ਪਹੁੰਚਦੇ ਹਾਂ। ਟਿਕਟ ਕਾਊਂਟਰ 'ਤੇ ਯਾ ਮਹਾਰਾਜਾ, ਟਿਕਟ ਕਾਊਂਟਰ 'ਤੇ ਟਿਕਟ ਦੱਸਦੇ ਹਾਂ ਕੀ ਪ੍ਰਾਈਜ਼ ਹੈ ਅਤੇ ਅੰਦਰ ਕੀ ਕੁਛ ਹੈ ਸਾਰਾ, ਹੁਣ ਗਾਈਡ ਕਰਾਂਗੇ ਨਾਲ। ਇੰਡੀਆ ਇੰਡੀਆ ਹਿੰਦੀ ਬਾਹੂਬਲੀ ਯਾ। ਇਹ ਅਸੀਂ ਪਹੁੰਚ ਗਏ ਹੁਣ ਵਿਜ਼ਟਰ ਸੈਂਟਰ 'ਤੇ, ਇੱਥੇ ਬਣਿਆ ਹੋਇਆ ਮੇਨ ਐਂਟਰੈਂਸ ਦੀ ਇਹਦੀ 'ਤੇ, ਅਤੇ ਇੱਥੇ ਹੀ ਸਾਨੂੰ ਟਿਕਟ ਮਿਲੂਗੀ। ਅਤੇ ਟਿਕਟ ਦੱਸਦੇ ਆ ਵੀ ਅਲੱਗ ਅਲੱਗ ਹੈ, ਅਤੇ ਇਹਦੇ ਅੰਦਰ ਕਹਿੰਦੇ ਵੀ ਕਬਰਾਂ ਵੀ ਬਣੀਆਂ ਹੋਈਆਂ, ਰਾਜਿਆਂ ਨੂੰ ਦਫਨਾਇਆ ਜਾਂਦਾ ਸੀ ਜਿਹੜਾ, ਉਹ ਵੀ ਇੱਥੇ ਦਫਨਾਇਆ ਜਾਂਦਾ ਸੀਗਾ, ਅਤੇ ਕਬਰਾਂ ਵੀ ਬਣੀਆਂ। ਬਾਕੀ ਰਹਿਣ ਸਹਿਣ ਉਹਨਾਂ ਦੀ ਲਾਈਫ ਬਾਰੇ ਵੀ ਦੱਸਿਆ। ਜਿਹੜਾ ਲਕਸੌਰ ਹੈ ਨਾ, ਅਤੇ ਤੁਹਾਨੂੰ ਦੱਸਿਆ ਸੀ ਮੰਦਰਾਂ ਦੇ ਨਾਲ ਭਰਿਆ ਹੈ, ਪੂਰਾ ਹਿਸਟਰੀ ਨਾਲ ਭਰਿਆ ਹੈ। ਅਤੇ ਜੇ ਇਹਦਾ ਪਾਸ ਲੈਣਾ ਤੁਸੀਂ ਪਾਸ ਵੀ ਮਿਲ ਜਾਂਦਾ, ਅਤੇ ਇੱਕ ਬੰਦੇ ਦਾ $250 ਦਾ ਹੈ, ਅਤੇ 5 ਦਿਨ ਲਈ ਵੈਲਿਡ ਰਹੂਗਾ, ਅਤੇ ਤੁਸੀਂ ਇਹ ਵੀ ਲੈ ਸਕਦੇ, ਇਹ ਵੀ ਆਪਸ਼ਨ ਹੈ। ਜਿਹੜਾ ਟਿਕਟ ਦਾ ਪ੍ਰਾਈਜ਼ ਹੈ ਇੱਥੇ, ਅਤੇ ਉਹ ਹੈਗਾ 600 Egyptians ਇੱਕ ਜਣੇ ਦੀ, 1200 Egyptians ਲਵਾਂਗੇ। ਟਿਕਟਸ ਲੈ ਲਈਆਂ, ਅਤੇ ਬਾਹਰਲੇ ਪਾਸੇ ਕਹਿੰਦੇ ਮਤਲਬ ਇਹਨਾਂ ਵੱਲੋਂ ਹੀ ਇਲੈਕਟ੍ਰਿਕ ਗੱਡੀਆਂ ਦਿੱਤੀਆਂ ਹੋਈਆਂ, ਅਤੇ ਉਹ ਗੱਡੀਆਂ ਕਹਿੰਦੇ ਤੁਹਾਨੂੰ ਉੱਥੇ ਤੱਕ ਛੱਡਣਗੀਆਂ। ਇਹ ਜਿਹੜੀਆਂ ਆਹ ਕਾਰਾਂ ਨੇ, ਆਹ ਤੁਹਾਨੂੰ ਸਾਹਮਣੇ ਦਿਖ ਰਹੀਆਂ ਹੋਣੀਆਂ, ਛੋਟੀਆਂ ਛੋਟੀਆਂ ਕਾਰਸ। ਅਤੇ ਜਿਵੇਂ ਆਪਣੇ ਕਰਤਾਰਪੁਰ ਸਾਹਿਬ ਆਪਾਂ ਪਾਕਿਸਤਾਨ ਜਾਂਦੇ ਹਾਂ ਨਾ, ਉੱਥੇ ਚੱਲਦੀਆਂ ਨੇ ਗੁਰਦੁਆਰਾ ਸਾਹਿਬ ਤੱਕ ਛੱਡਦੀਆਂ, ਕਿਉਂਕਿ ਅੰਦਰ ਬਹੁਤ ਦੂਰ ਤੱਕ ਲੰਬਾ ਚੌੜਾ ਏਰੀਆ ਹੈਗਾ। ਅਤੇ ਇਹਨਾਂ ਵੱਲੋਂ 10 Egyptian pounds ਲੈਂਦੇ ਬਸ, ਇਹ ਸਿਰਫ 10 Egyptian pounds ਲੈ ਕੇ ਅਤੇ ਇਹ ਛੱਡਣ। ਹਾਂਜੀ, ਅਗਲੀ ਚੱਲ ਬਣਾਂਗੇ, ਵੇਟ ਕਰ ਲੈਂਦੇ। ਇੰਡੀਆ ਦੇ ਸਾਨੂੰ ਕੋਈ ਤਕਰੀਬਨ ਟਿਕਟ ਪਈ ਆ ਇਹ 2200-2300 rupees ਦੀ ਇੱਥੇ ਜੇ। ਅਤੇ ਬਾਕੀ ਟਿਕਟ ਕਾਊਂਟਰ ਵਾਲਿਆਂ ਨੇ ਸਾਨੂੰ ਦੱਸਿਆ ਇੱਥੇ ਸਾਰੀਆਂ ਟੋਮਜ਼ ਹੀ ਨੇ, 63 tombs ਕੁਛ ਉਹਨਾਂ ਨੇ ਕਿਹਾ, 63 ਕਬਰਾਂ ਬਣੀਆਂ ਹੋਈਆਂ ਹੈ, ਜਿਨ੍ਹਾਂ 'ਚੋਂ 10 ਖੁੱਲੀਆਂ ਮੇਰੇ ਖਿਆਲ 'ਚ ਵੀ ਦੇਖਣ ਯੋਗ ਹੈ, ਜਿਹੜੀਆਂ ਟੂਰਿਸਟ ਵਿਜ਼ਟਰ ਵਿਜ਼ਿਟ ਕਰ। 10 ਹੀ ਇਹਨਾਂ ਕੁਛ? ਹਾਂਜੀ ਹਾਂਜੀ 10 ਹੀ ਨੇ, ਅਤੇ ਆਪਣੀ ਟਿਕਟ 'ਤੇ ਆਪਾਂ ਸਿਰਫ 3 ਚੀ ਜਾ ਸਕਦੇ ਹਾਂ। ਹਾਂਜੀ, ਅਸੀਂ ਜਾਵਾਂਗੇ ਰਾਮਸੇਸ ਦੂਜਾ, ਰਾਮਸੇਸ 6ਵਾਂ ਅਤੇ 11ਵੇਂ ਦੇ ਵਿੱਚ, ਕਿਉਂਕਿ ਮੈਂ ਉਹਨੂੰ ਪੁੱਛਿਆ ਸੀ ਆਪਣੇ ਟਿਕਟ ਆਫਿਸਰ ਨੂੰ, ਮੈਂ ਕਿਹਾ ਵੀ ਬੈਸਟ ਕਿਹੜਾ ਹੋਊ, ਕਿਉਂਕਿ ਸਾਡੇ ਕੋਲ ਕੋਈ ਗਾਈਡ ਤਾਂ ਹੈ ਨਹੀਂ। ਫਿਰ ਉਹਨੇ ਸਾਨੂੰ ਰਿਕਮੈਂਡ ਕੀਤਾ, ਵੈਸੇ ਅਸੀਂ ਜਾਣਾ ਚਾਹੁੰਦੇ ਸੀ ਇੱਕ ਹੋਰ ਸੇਤੀ 2, ਉਹ ਤਾਂ ਬਹੁਤ ਮਹਿੰਗੀ ਟਿਕਟ ਸੀ, ਉਹਦੀ ਸੀਗੀ 1800 ਕਿੰਨੇ ਦੀ? 1800 Egyptian pounds Egyptian pounds ਦੀ। ਇੰਡੀਆ ਦੇ 4000 ਦੀ ਇੱਕ ਜਾਣੇ ਦੀ, ਮੰਨ ਲਓ 3600-3700 ਦੀ, ਸਾਡੀਆਂ 7000-7500 ਦੀਆਂ ਦੋ ਜਾਣੇ ਦੀਆਂ ਟਿਕਟਾਂ ਬਣ ਗਈਆਂ। ਜਿਹੜਾ ਟਿਕਟ ਆਫਿਸਰ ਆ ਉਹਨੇ ਕਹਿਤਾ ਸੀ, ਉਹ ਕਹਿੰਦੇ ਤੁਹਾਨੂੰ ਆਹ 3 ਬੈਸਟ ਨੇ। ਅਤੇ ਬਾਕੀ ਇਹ ਹੈ ਮਤਲਬ ਜਿਹੜੀ ਨੋਰਮਲ ਜਿਵੇਂ ਟਿਕਟ 600 ਦੀ ਜਿਹੜੀ ਆਪਾਂ ਬਾਏ ਕਰਾਂਗੇ ਪਰ ਪਰਸਨ, ਉਹ 'ਚ ਤੁਸੀਂ ਸਿਰਫ 3 'ਚ ਵਿਜ਼ਿਟ ਕਰ ਸਕਦੇ, ਜਿਹੜੀਆਂ ਮਰਜ਼ੀ ਸਿਲੈਕਟ ਕਰ ਲਓ। ਹੁਣ ਕਿਵੇਂ ਕਿਵੇਂ ਦੀਆਂ ਅੰਦਰੋਂ ਅਤੇ ਲਾਈਫ ਸਟਾਈਲ ਕਿਵੇਂ ਦਾ ਸੀ ਉਹਨਾਂ ਦਾ, ਉਹ ਸਾਰਾ ਅੰਦਰ ਜਾ ਕੇ ਤੁਹਾਨੂੰ ਵਧਾ ਤਾ ਇਹਦਾ ਵੀ ਰੇਟ। ਪਹਿਲਾਂ ਮੈਂ ਪੜ੍ਹਿਆ ਸੀ ਕਹਿੰਦੇ 10 Egyptian pounds ਦੀ, 5 ਆਉਣ ਦੇ 5 ਜਾਣ ਦੇ ਸੀ। ਜਿਹੜੀ ਅਰਬ ਦੇਸ਼ਾਂ ਦੀ ਲੈਂਡ ਹੈ ਨਾ, ਸਾਰੀ ਡੈਜ਼ਰਟ ਹੈ ਯਾਰ, ਸਾਰੀ ਡਰਾਈ ਲੈਂਡ ਹੈ। ਦੇਖੋ ਕਿਹੋ ਜਿਹੇ ਪਹਾੜ ਹੈ, ਐਂ ਲੱਗਦਾ ਜਿਵੇਂ ਇੰਡੀਆ ਦੇ ਲੇਹ ਲਦਾਖ 'ਚ ਆ ਗਏ ਹੁੰਦੇ ਹਾਂ, ਜਾਂ ਸਪੀਤੀ ਵੈਲੀ, ਉੱਥੇ ਇਹੋ ਜਿਹੇ ਪਹਾੜ ਹੈ ਬਾਹੂਬਲੀ। ਅਤੇ ਇੰਡੀਆ ਦਾ ਜਿਹੜਾ ਅਮਿਤਾਭ ਬੱਚਨ ਨੰਬਰ 1 ਆਈ ਨੂੰ ਲਓ ਵੀ ਇੱਥੇ ਆ ਕੇ ਆਇਆ, ਜਿਹੜਾ ਮੇਨ ਰਾਜ ਭਾਗ ਹੈ ਰਾਜਿਆਂ ਦਾ, ਅਤੇ ਮੇਨ ਐਂਟਰੈਂਸ ਇੱਥੋਂ ਹੈਗੀ। ਇੱਥੇ ਟਿਕਟ ਚੈੱਕ ਹੋਊਗੀ, ਟਿਕਟ ਦੇ ਦਿਓ ਫਿਰ ਜੀ। ਅਤੇ ਇੱਥੋਂ ਸਾਰਾ ਆਲਾ ਦੁਆਲਾ ਵੀ ਦਿਖਦਾ ਹੈਗਾ। ਥੈਂਕ ਯੂ।
ਉਹ ਸਾਹਮਣੇ ਵਾਲਾ ਪਹਾੜ ਸੀਗਾ ਜਿਹੜਾ ਆਪਣੇ ਹੋਟਲ ਤੋਂ ਦੇਖਦਾ ਸੀਗਾ ਖੁਸ਼ੀ, ਉਹ ਵੀ ਪਿਰਾਮਿਡ ਵਾਂਗੂ ਬਣਿਆ ਹੋਇਆ ਹੈ ਨਾ, ਬਿਲਕੁਲ ਉਵੇਂ ਹੈ, ਉਵੇਂ ਟ੍ਰਾਇੰਗਲ ਬਣਿਆ ਹੋਇਆ। ਇਹ ਤਾਂ ਨੈਚੁਰਲ ਹੋਣਗੇ ਨਾ ਰਿਪਨ? ਹਾਂਜੀ, ਇਹ ਤਾਂ ਕੁਦਰਤੀ ਪਹਾੜ ਹੈ ਸਾਰੇ। ਅਤੇ ਸਭ ਤੋਂ ਪਹਿਲਾਂ ਟੰਬ ਇੱਥੇ ਇੱਥੇ ਦਿੱਤਾ ਨਹੀਂ ਹੋਇਆ, ਕਿਹੜਾ ਟੰਬ ਹੈ ਇਹ? ਅਤੇ ਇਸ ਤਰ੍ਹਾਂ ਦੀਆਂ ਇਹ ਥੱਲੇ ਥੱਲੇ ਜਾਣਾ ਪੈਣਾ, ਜਿਵੇਂ ਇੱਕ ਇੱਥੇ ਬਣਿਆ ਹੋਇਆ, ਇੱਕ ਉਦੋਂ ਅੱਗੇ ਬਣਿਆ ਹੋਇਆ, ਇੱਦਾਂ ਇੱਦਾਂ ਕਰਕੇ ਸਾਰੇ ਬਣੇ ਹੋਏ ਹੈਗੇ। ਇਹ ਆ ਗਈ ਸਭ ਤੋਂ ਪਹਿਲੀ ਕਬਰ, ਟੰਬ ਕਹਿ ਸਕਦੇ ਹੋ, KV2 ਇਹਦਾ ਨਾਮ ਹੈ, ਅਤੇ ਰਾਮਸਿਸ ਚੌਥੇ ਦੀ ਇਹ ਜਿਹੜੀ ਕਬਰ ਹੈਗੀ, ਉਹ ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ। ਆਹ ਲਿਖਿਆ ਹੋਇਆ KV2 ਰਾਮਸਿਸ 4, ਅੰਦਰੋਂ ਦਿਖਾਉਂਦੇ ਹਾਂ ਕੀ ਕੁਛ ਹੈ ਇਹਦੇ ਅੰਦਰ। ਤਾਂ ਭੀੜ ਵਾਹਵਾ ਲੱਗੀ ਹੋਈ ਹੈ, ਅਤੇ ਥੱਲੇ ਥੱਲੇ ਨੂੰ ਇਹ ਸਾਰਾ ਮਤਲਬ ਅੱਗੇ ਅੱਗੇ ਨੂੰ ਰਸਤਾ ਜਾਂਦਾ, ਸ਼ਾਇਦ ਲਾਸਟ 'ਤੇ ਜਾ ਕੇ ਜਿਹੜੀ ਕਬਰ ਹੈਗੀ ਉਹ ਆਪਾਂ ਨੂੰ ਦੇਖਣ ਨੂੰ ਮਿਲੂਗੀ। ਅਤੇ ਜਿੰਨਾ ਸਾਈਡ 'ਤੇ ਤੁਸੀਂ ਦੇਖ ਰਹੇ ਹੋ ਨਾ, ਆਹ ਸਾਰਾ ਤੁਹਾਨੂੰ ਦੇਖ ਰਿਹਾ ਹੈਗਾ, ਅਤੇ ਇਹ ਉਸ ਟਾਈਮ ਦੀ ਲੈਂਗੁਏਜ ਕੁਛ ਲਿਖੀ ਹੋਈ ਹੈ, ਜਿਹੜੇ ਸਾਈਨ ਲੈਂਗੁਏਜ ਪਹਿਲਾਂ ਮਿਊਜ਼ੀਅਮ 'ਚ ਜਾਂ ਪਿਰਾਮਿਡ 'ਚ ਦਿਖਾਇਆ ਸੀ ਤੁਹਾਨੂੰ, ਜਿਹੜੇ ਇੱਥੋਂ ਦੇ ਰਾਜੇ ਮਹਾਰਾਜੇ ਸੀਗੇ ਉਹਨਾਂ ਬਾਰੇ ਲਿਖਿਆ ਹੋਇਆ, ਜਾਂ ਉਦੋਂ ਦੀ ਜਿਹੜੀ ਭਾਸ਼ਾ ਹੋਊਗੀ ਇਹ ਹੋਊਗੀ। ਯਾਰ ਵਾਹਵਾ ਦੂਰ ਆ, ਤੁਸੀਂ ਇਹ ਦੇਖੋ ਇੰਨੀਆਂ ਪੁਰਾਣੀਆਂ ਚੀਜ਼ਾਂ ਨਾ ਇਹਨਾਂ ਨੇ ਸਾਂਭਿਆ ਕਿਵੇਂ ਹੋਇਆ ਹੈਗਾ। ਅਤੇ 7000 ਸਾਲ ਪੁਰਾਣੀ, ਆਪਣਾ ਜਿਹੜਾ ਗਾਈਡ ਸੀ ਮੁਹੰਮਦ ਉਹ ਦੱਸਦਾ ਸੀ ਡਰਾਈਵਰ, 7000 ਸਾਲ ਪੁਰਾਣੀ ਆ, ਪਰ ਵਾਕੀ ਹੈ ਇੰਨੀ ਪੁਰਾਣੀ ਜਾਂ ਨਹੀਂ ਉਹ ਬਾਰੇ ਜਾ ਕੇ ਹਿਸਟਰੀ ਤੋਂ ਪਤਾ ਲੱਗ ਜੂਗਾ। ਆਹ ਕਬਰ ਹੈ ਜੀ ਉਹਨਾਂ ਦੀ, ਆਰਟ ਵਰਕ ਅੰਦਰ ਬਹੁਤ ਕਮਾਲ ਦਾ ਹੋਇਆ ਹੋਇਆ ਯਾਰ। ਆਪਣੇ ਜਿਵੇਂ ਤੁਹਾਨੂੰ ਦੱਸਿਆ ਸੀ ਨਾ ਅਜੰਤਾ ਲੋਰਾ 'ਚ ਹੈਗਾ, ਹੈ ਉਵੇਂ ਆ, ਪਰ ਬਹੁਤ ਕਮਾਲ ਦਾ ਤੁਸੀਂ ਦੇਖੋ, ਇੰਨੇ ਟਾਈਮ ਦਾ ਇੰਨਾ ਪੁਰਾਣਾ ਸਾਰਾ ਕੁਛ ਇਹ ਕਿਵੇਂ ਮੌਜੂਦ ਹੈਗਾ। ਸਾਰੀਆਂ ਕੰਧਾਂ 'ਤੇ ਨਾ ਕੁਛ ਨਾ ਕੁਛ ਜਿਵੇਂ ਤੁਹਾਨੂੰ ਦੱਸਿਆ ਸੀ ਉਹਨਾਂ ਦੀ ਲਾਈਫ ਬਾਰੇ ਦੱਸਿਆ, ਉਹਨਾਂ ਉਹ ਰੀਪ੍ਰਜੈਂਟ ਕਰਦੀਆਂ ਪੇਂਟਿੰਗ ਉਸ ਟਾਈਮ ਨੂੰ। ਹੁਣ ਇਸ ਤੋਂ ਬਾਅਦ ਅਸੀਂ ਜਿਹੜੀ ਅਗਲੀ ਗੁਫਾ ਹੈਗੀ ਉਹ ਦਿਖਾਉਂਦੇ ਹਾਂ ਤੁਹਾਨੂੰ। ਜਿਵੇਂ ਅਜੰਤਾ ਲੋਰਾ 'ਚ ਗੁਫਾਵਾਂ ਨੇ ਨਾ, ਹੈ ਬਸ ਇਹ ਗੁਫਾਵਾਂ ਹੀ ਨੇ, ਉੱਥੇ ਗੁਫਾ ਨੰਬਰ ਹੁੰਦਾ ਹੈਗਾ, ਇੱਥੇ ਟੰਬ ਹੈ, ਟੰਬ ਨੰਬਰ ਹੈ। ਇਹਦੇ ਅੰਦਰ ਨਾ ਹੈ ਬੇਸਿਕਲੀ ਸਾਰੀਆਂ ਇਹ ਕਬਰਾਂ ਹੀ ਨੇ, ਜਿਵੇਂ ਕਬਰ ਦੇ ਉੱਤੇ ਥੋੜ੍ਹਾ ਜਿਹਾ ਢੱਕਿਆ ਹੁੰਦਾ ਹੈਗਾ, ਅਤੇ ਇਹ ਥੋੜ੍ਹੇ ਜਿਹੇ ਨਾ ਵੱਡੇ ਵੱਡੇ ਪਿਰਾਮਿਡ ਜਾਂ ਜਿਹੜੇ ਪਿਰਾਮਿਡ ਦੇ ਵਿੱਚ ਵੀ ਅਸਲ 'ਚ ਕਬਰਾਂ ਹੀ ਨੇ, ਬਸ ਉਹ ਉਹਨਾਂ ਨੇ ਵੱਡੇ ਰਾਜੇ ਸੀਗੇ ਉਹਨਾਂ ਨੇ ਵੱਡਾ ਉਹ ਬਣਾ ਲਿਆ। ਅਤੇ ਜਿਹੜਾ ਜਿਵੇਂ ਹੁਣ ਜਿਹੜਾ ਸੇਤੀ ਸੀਗੇ ਇੱਥੋਂ ਦੀ ਜਿਹੜੀ ਕਬਰ ਹੈ ਜਿਹਦੀ ਸਭ ਤੋਂ ਮਹਿੰਗੀ ਟਿਕਟ ਸਾਨੂੰ ਸੁਣਿਆ ਸੀਗਾ ਵੀ ਸਭ ਤੋਂ ਮਹਿੰਗੀ ਟਿਕਟ ਹੈ, ਅਤੇ ਉਹਦਾ ਜਿਹੜੀ ਕਬਰ ਹੈ ਨਾ ਉਹ 200 ਮੀਟਰ ਥੱਲੇ ਡੂੰਘੀ ਹੈ, 200 ਮੀਟਰ ਤੁਸੀਂ ਦੇਖ ਲਓ ਧਰਤੀ ਥੱਲੇ ਕਿੰਨਾ ਜਾਣਾ ਪਊਗਾ। ਅਸਲ 'ਚ ਨਾ ਇਹ ਜ਼ਿਆਦਾ ਡੂੰਘੀਆਂ ਤਾਂ ਬਣਾਉਂਦੇ ਸੀ ਕਿਉਂਕਿ ਜਿਹੜੇ ਉਸ ਸਮੇਂ ਦੇ ਰਾਜੇ ਸੀ ਨਾ, ਹਾਂਜੀ, ਉਹ ਆਪਣੇ ਭੋਜਨ ਦੇ ਨਾਲ ਨਾਲ ਸੋਨਾ ਗਹਿਣੇ ਸਾਰਾ ਕੁਛ ਨਾਲ ਲੈ ਕੇ ਅੰਦਰ ਜਾਂਦੇ ਸੀ। ਹਾਂਜੀ, ਮਤਲਬ ਉਹਨਾਂ ਨੂੰ ਇਹ ਡਰ ਹੁੰਦਾ ਸੀਗਾ, ਡੂੰਘੀ ਤਾਂ ਕਰਕੇ ਰੱਖਦੇ ਸੀ ਵੀ ਜਿਹੜੇ ਕੋਈ ਚੋਰ ਚੱਕੇ ਕੋਈ ਨਾ ਕੋਈ ਮਤਲਬ ਵੀ ਸਾਡੀ ਚੋਰੀ ਨਾ ਕਰ ਲੈਣ, ਸਮਾਨ ਨਾ ਕਰ ਸਕਣ। ਇਹ ਗੱਲ ਹੈਗੀ ਆ ਕਿਉਂਕਿ ਜਿਹੜਾ ਅਸੀਂ ਇਜਿਪਸ਼ੀਅਨ ਮਿਊਜ਼ੀਅਮ ਨੈਸ਼ਨਲ ਮਿਊਜ਼ੀਅਮ ਜਿਹੜਾ ਇੱਥੇ ਦਾ ਉਹ 'ਚ ਦੇਖਿਆ ਸੀਗਾ ਸੋਨ
ਸੋਨੇ ਦੀਆਂ ਕੁਰਸੀਆਂ ਹੋਰ ਸਾਰਾ ਕੁਝ ਥੱਲੋਂ ਨਿਕਲਿਆ ਹੈ ਨਾ, ਗਹਿਣੇ ਗੁਣੇ ਕੋਈ ਕੱਢ ਕੇ ਲੈ ਜਾਂਦਾ ਹੋਊ ਕਬਰਾਂ 'ਚੋਂ ਜਾਂ ਕਬਰਾਂ ਪੱਟ ਕੇ, ਅਤੇ ਤਾਂ ਹੀ ਕਰਕੇ ਮਤਲਬ ਬਹੁਤ ਡੂੰਘਾ ਇਹ ਰਾਜੇ ਥੱਲੇ ਜਾ ਕੇ ਆਪਦੇ ਮੁਰਦਾ ਸਰੀਰ ਨੂੰ ਰੱਖਦੇ ਸੀ, ਨਾਲ ਸਾਰਾ ਇਹਨਾਂ ਦਾ ਸਮਾਨ ਹੁੰਦਾ ਸੀ। ਇਹ ਸਾਹਮਣੇ ਹੋਰ ਗੁਫਾਵਾਂ ਆ ਗਈਆਂ ਜਿਹੜੀਆਂ ਮਤਲਬ ਟੋਮਸ ਆ ਗਈਆਂ, ਕੁਛ ਇਹਨਾਂ 'ਚੋਂ ਬੰਦ ਹੀ ਪਈਆਂ ਜਿਵੇਂ ਆਹ ਦੇਖੋ ਆਹ ਬੰਦ ਪਈ ਹੈਗੀ, ਅਤੇ ਜਿਹੜੀਆਂ ਕੁਛ ਟੋਮਸ ਆ ਕੁਛ 'ਚ ਹੀ ਜ਼ਿਆਦਾ ਟੂਰਿਸਟ ਜਾਂਦੇ, ਜਿਵੇਂ ਉਹਨਾਂ ਨੂੰ ਪਤਾ ਹੀ ਹੁੰਦਾ ਵੀ ਕਿਹਦੀ ਕਿਹਦੀ ਟਿਕਟ ਦੇਖਣੀ ਹੈ, ਜਿਹਦੇ ਅੰਦਰ ਜਾਂ ਜ਼ਿਆਦਾ ਸੋਹਣੀ ਹੋਊ ਜ਼ਿਆਦਾ ਬਣਿਆ ਹੋਊਗਾ ਦੇਖਣ ਨੂੰ। ਅਤੇ ਹੁਣ ਇੱਥੋਂ ਸਾਨੂੰ ਮੈਪ ਤੋਂ ਦੇਖਣਾ ਪੈਣਾ ਵੀ ਅਸੀਂ ਸਾਡੀ ਟਿਕਟ ਕਿਹੜੀ ਕਿਹੜੀ ਦੀ, ਅਸੀਂ ਤਿੰਨ ਦੀ ਹੈ, ਤਿੰਨਾਂ ਦੇ ਅੰਦਰ ਜਾਵਾਂਗੇ। ਟਿਕਟ ਵੀ ਇਹਨਾਂ ਦੇ ਨਾਲ ਡੂੰਘਾਈ ਦੇ ਹਿਸਾਬ ਨਾਲ ਹੈ, ਜਿੰਨੀ ਜ਼ਿਆਦਾ ਡੂੰਘੀ ਹੈ ਜੀ ਜ਼ਿਆਦਾ ਕਲਾਕਾਰੀਆਂ ਨੇਗੀਆਂ, ਅਤੇ ਉਹ ਹਿਸਾਬ ਨਾਲ ਮਤਲਬ ਟਿਕਟ ਰੱਖੀ ਹੋਈ ਹੈ ਇਹਨਾਂ ਨੇ। ਅਤੇ ਆਹ ਆ ਗਈ ਜੀ KB-8, ਸਾਡੀ 8 ਦੀ ਟਿਕਟ ਸੀ ਇੱਕ, ਅਤੇ ਹੁਣ ਅਸੀਂ ਇਹਦੇ ਚੱਲੇ ਹਾਂ ਬਾਹਰ। ਆ ਮੈਪ ਗਾਈਡ ਦਿੱਤਾ ਹੁੰਦਾ, ਇਹ ਮਤਲਬ ਜ਼ਿਆਦਾ ਡੂੰਘੀ ਹੈਗੀ। ਇਹ ਜਿਹੜੇ ਇੱਥੋਂ ਦੇ ਰਾਜੇ ਆ ਉਹਨਾਂ ਦੇ ਨਾਲ ਮਤਲਬ ਕਿੰਗ ਵਿਦ ਗੋਡਸ, ਅਤੇ ਉਹਨਾਂ ਦੀਆਂ ਇੱਥੇ ਅੰਦਰ ਆਪਾਂ ਨੂੰ ਚੀਜ਼ਾਂ ਮਿਲਣਗੀਆਂ, ਦੀ ਬੁੱਕ ਆਫ ਦੀ ਗੇਟਸ, ਅਤੇ ਲਾਈਫ ਨਾਲ ਅਗਲੀ ਜ਼ਿੰਦਗੀ ਨਾਲ ਸੰਬੰਧਿਤ ਚੀਜ਼ਾਂ ਨੇ, ਉਹ ਸਾਰੀਆਂ ਚੀਜ਼ਾਂ ਇਹ KB-8 'ਚ ਮੇਰਿਨ ਪਤਾਹਾ ਅਤੇ ਇਹਦੇ 'ਚ ਦੇਖਣ ਨੂੰ ਮਿਲਣਗੀਆਂ। ਜਿਹੜੇ ਰਮਸਿਸ ਦੂਜਾ ਇੱਥੋਂ ਦੇ ਕਿੰਗ ਸੀ ਨਾ, ਉਹ ਇਜਿਪਟ ਦੇ ਸਭ ਤੋਂ ਜ਼ਿਆਦਾ ਪਾਵਰਫੁੱਲ ਸੀਗੇ, ਕਿਉਂਕਿ ਤੁਸੀਂ ਕੈਰੋ 'ਚ ਦੇਖ ਲਿਓ, ਪੂਰੇ ਇਜਿਪਟ 'ਚ ਦੇਖ ਲਓ, ਉਹਨਾਂ ਦੇ ਨਾਮ 'ਤੇ ਰੇਲਵੇ ਸਟੇਸ਼ਨ, ਬਹੁਤ ਸਾਰੀਆਂ ਚੀਜ਼ਾਂ ਮਿਲ ਜਾਣਗੀਆਂ ਆਪਾਂ ਨੂੰ। ਅਤੇ ਜਿਹੜੇ ਰਮਸਿਸ ਦੂਜੇ ਸੀਗੇ ਉਹਨਾਂ ਤੋਂ ਬਾਅਦ ਜਿਹੜੇ ਉਹਨਾਂ ਦੇ ਮਤਲਬ ਬੱਚੇ ਸੀਗੇ ਉਹਨਾਂ ਨੂੰ ਰਮਸਿਸ ਤੀਜਾ, ਰਮਸਿਸ ਚੌਥਾ ਐਵੇਂ ਨਾਮ ਦਿੱਤੇ ਗਏ। ਅਤੇ ਜਿਹੜੇ ਰਮਸਿਸ ਸੀਗੇ ਉਹਨਾਂ ਦੇ ਫਾਦਰ ਦਾ ਨਾਮ ਸੀਗਾ ਸੇਥੀ, ਤਾਂ ਕਰਕੇ ਉਹਨਾਂ ਦੀ ਜਿਹੜੀ ਗੁਫਾ ਉਹ ਜ਼ਿਆਦਾ ਡੂੰਘੀ ਸੀਗੀ, ਦੀ ਫਸਟ ਕਿੰਗ ਸੇਥੀ। ਅਤੇ ਹੁਣ ਇਸ ਗੁਫਾ ਦੇ ਅੰਦਰ ਅਤੇ ਜਾਂ ਕਬਰ ਦੇ ਅੰਦਰ ਜਾਂਦੇ ਹਾਂ, ਅਤੇ ਇੱਥੇ ਦੇਖਦੇ ਹਾਂ ਸਾਨੂੰ ਕੀ ਕੁਛ ਪਹਿਲੀ ਕਬਰ ਨਾਲੋਂ ਥੋੜ੍ਹਾ ਡਿਫਰੈਂਟ ਦੇਖਣ ਨੂੰ ਮਿਲਦਾ। ਵੈਸੇ ਜਿਵੇਂ ਐਕਸਪਲੇਨ ਤਾਂ ਉਹਨਾਂ ਨੇ ਬਾਹਰ ਹੀ ਕੀਤਾ ਹੋਇਆ ਕਿ ਥੋੜ੍ਹਾ ਜਿਹਾ ਕੁਛ ਵੱਖਰਾ ਹੋਊਗਾ। ਨਹੀਂ ਇਹ ਲੰਬੀ ਵੀ ਜ਼ਿਆਦਾ ਹੈ ਰਿਪਨ। ਹਾਂਜੀ ਹਾਂਜੀ ਡੂੰਘੀ ਵੱਧ ਆ, ਉਹ ਮੈਂ ਤੁਹਾਨੂੰ ਜਿਵੇਂ ਦੱਸਿਆ ਸੀ ਨਾ ਜਿੰਨੀਆਂ ਜ਼ਿਆਦਾ ਡੂੰਘੀਆਂ ਉਵੇਂ ਉਵੇਂ ਕਰਕੇ ਪ੍ਰਾਈਜ਼ ਇਹਨਾਂ ਨੇ ਬਣਾਏ ਹੈ। KB-8 ਮੈਰਨ ਪਥ ਨਾਮ ਇਹਦਾ। ਇਹ ਲੈ ਵੀ ਦੂਜੀ ਗੁਫਾ ਦੀ ਮੋਹਰ ਲੱਗ ਗਈ, ਆਹ ਕਰ ਲੈਂਦੇ ਆ ਦੇਖੋ। ਇਹ ਗੁਫਾ ਤਾਂ ਨਾ ਬਹੁਤ ਕਾਫੀ ਜ਼ਿਆਦਾ ਡੂੰਘੀ ਹੈ, ਅਤੇ ਜਿਵੇਂ ਮੈਪ 'ਤੇ ਵੀ ਬਾਰੇ ਦਿੱਤਾ ਹੋਇਆ ਸੀਗਾ ਕਿ ਬਾਬਾ ਥੱਲੇ ਜਾਣਾ ਗੁਫਾ ਏ। ਰਾਜਿਆਂ ਬਾਰੇ ਤੇ ਉਹਨਾਂ ਦੀ ਲਾਈਫ ਬਾਰੇ ਕਿਵੇਂ ਰਹਿੰਦੇ ਸੀ, ਕੀ ਉਹਨਾਂ ਦੇ ਉਹ ਸੀ, ਸਾਰਾ ਉਹਨਾਂ ਦਾ ਐਕਸਪਲੇਨ ਕੀਤਾ ਹੋਇਆ ਪੂਰੇ, ਮਤਲਬ ਸਾਰੇ ਕਲਰਫੁੱਲ ਹੈ ਸਾਰਾ ਪਾਸਾ, ਤੇ ਤੁਹਾਨੂੰ ਹਰ ਕਿਤੇ ਕੁਛ ਨਾ ਕੁਛ ਮਿਲੂਗਾ। ਇਹ ਬਿਲਕੁਲ ਥੱਲੇ ਜਾ ਕੇ ਕਵਰ ਆ ਗਈ ਜੀ, ਅਤੇ ਹੇਠਾਂ ਅਤੇ ਇਹਦੇ ਥੱਲੇ ਕੁਛ ਹੈਗਾ ਵੀ ਹੈ, ਦੇਖਦੇ ਹਾਂ ਜੇ ਤੁਹਾਨੂੰ ਦਿਖਾ ਸਕੀਏ। ਉਹ ਦੇਖੋ ਮੈਨੂੰ ਲੱਗਦਾ ਨਾਲ ਰਾਣੀ ਦੀ ਵੀ ਕਵਰ ਹੈ ਸ਼ਾਇਦ, ਰਾਜੇ ਦੀ ਤਾਂ ਹੈਗੀ ਹੈ ਨਾਲ। ਹਾਂਜੀ ਲੇਡੀ ਦਾ ਫੇਸ ਹੈ ਨਾ। ਹਾਂਜੀ ਬਿਲਕੁਲ ਲਾਸਟ 'ਤੇ ਪਹੁੰਚ ਗਏ ਹੁਣ ਅੰਦਰ ਅਸੀਂ, ਇੱਥੇ ਉੱਪਰ ਰਾਣੀ ਦਾ ਜਿਹੜੀ ਕਬਰ ਸੀਗੀ ਅਤੇ ਹੇਠਾਂ ਇਹ ਰਾਜੇ ਦੀ ਹੈ। ਇਹਦੇ ਉੱਤੇ ਆ ਦੇਖੋ ਕੁਛ ਨਾ ਕੁਛ ਉੱਕਰਿਆ ਹੋਇਆ, ਆਹ ਚੀਜ਼ਾਂ ਬਣਾਈਆਂ ਹੋਈਆਂ।
ਆ ਜਿਹੜੇ ਤੁਸੀਂ ਵਾਲ ਤੇ ਮੰਤਰ ਦੇਖ ਰਹੇ ਹੋ ਇਹ ਤਾਂ ਹੈ ਕਿ ਜਿਹੜਾ ਰਾਜਾ ਉਹ ਦੁਬਾਰਾ ਉੱਠ ਸਕੇ ਉਹਦੇ ਨੈਕਸਟ ਜੀਵਨ ਲਈ ਕੀਤਾ ਹੋਇਆ ਇਹਨਾਂ ਨੇ, ਮਤਲਬ ਉਹਦੇ ਚੰਗੇ ਕਰਮਾਂ ਲਈ ਕਹਿ ਦੋ ਜਾਂ ਹਾਂਜੀ ਹਾਂਜੀ ਵੀ ਉਹਨੂੰ ਦੁਬਾਰਾ ਜਨਮ ਮਿਲ ਸਕੇ ਤੇ ਦੁਬਾਰਾ ਇੱਥੇ ਧਰਤੀ ਤੇ ਆ ਸਕੇ ਉਹ ਰਾਜ ਕਰ ਸਕੇ। ਪੁਰਾਣੇ ਸਮੇਂ 'ਚ ਰਾਜੇ ਇਹ ਚੀਜ਼ਾਂ 'ਚ ਬਿਲੀਵ ਕਰਦੇ ਸੀ ਨਾ, ਹਾਂਜੀ, ਵੀ ਜੇ ਆਪਾਂ ਐਵੇਂ ਮੰਤਰ ਲਿਖਾਂਗੇ ਤਾਂ ਸਾਨੂੰ ਦੂਜੀ ਜ਼ਿੰਦਗੀ ਮਿਲ ਜੂਗੀ। ਹਾਂਜੀ ਇਹ ਦੇਖੋ ਜਿਵੇਂ ਬਲੈਸਿੰਗਸ ਜਾਂ ਜਿਵੇਂ ਆਸ਼ੀਰਵਾਦ ਦੇਣੇ ਹੁੰਦੇ ਆ ਕੁਛ ਨਾ ਕੁਛ ਉਵੇਂ ਦਾ ਰੀਪ੍ਰਜੈਂਟ ਕਰਦਾ ਇਹ ਸਾਰਾ ਉਹ ਚੀਜ਼ ਨੂੰ। ਇੱਥੇ ਨਾ ਯਾਰ ਥੱਲੇ ਆਉਣਾ ਅਤੇ ਉੱਪਰ ਜਾਣਾ ਅੱਜ ਦੇ ਜ਼ਮਾਨੇ 'ਚ ਇੰਨਾ ਔਖਾ। ਤੁਸੀਂ ਦੇਖੋ ਪੁਰਾਣੇ ਟਾਈਮਾਂ 'ਚ ਰਾਜੇ ਮਤਲਬ ਕਿਵੇਂ ਐਡਾ ਵੱਡਾ ਜਿਹੜਾ ਮਕਬਰਾ ਉਹਦਾ ਟੰਬ ਬਣਾਇਆ ਹੋਇਆ ਉਹਨੂੰ ਕਿਵੇਂ ਥੱਲੇ ਲੈ ਕੇ ਆਏ ਹੋਣਗੇ। ਰਾਜੇ ਸੱਚੀ ਧੰਨ ਸੀ ਯਾਰ, ਰਾਜਿਆਂ ਦੀ ਪਰਜਾ ਜਾਂ ਜੋ ਵੀ ਨੌਕਰ ਹੋਣਗੇ ਉਹਨਾਂ ਦੇ, ਪਰ ਫਿਰ ਵੀ ਕੀ ਉਦੋਂ ਟੈਕਨੀਕ ਨਹੀਂ ਸੀ ਪੱਥਰਾਂ ਤੇ ਰੋੜ ਕੇ ਜਾਂ ਧਰ ਕੇ ਕਿਵੇਂ ਥੱਲੇ ਟਿਕਾਇਆ ਉਹ, ਤੁਸੀਂ ਇਹ ਦੇਖੋ ਬਹੁਤ ਵੱਡੀ ਗੱਲ ਹੈ ਇਹ। ਰਾਜਿਆਂ ਨੇ ਤਾਂ ਹੁਕਮ ਹੀ ਕਰਨਾ ਨਾ। ਹਾਂਜੀ ਪਹੁੰਚ ਗਏ ਬਸ ਬਾਹਰ ਨਿਕਲਣ ਵਾਲੇ। ਲਓ ਜੀ ਹੁਣ ਲਾਸਟ ਕਵਰ ਰਹਿੰਦੀ ਹੈ, ਉਦੋਂ ਬਾਅਦ 'ਚ ਜਿਹੜਾ ਲਕਸੌਰ ਦਾ ਹੋਰ ਆਲਾ ਦੁਆਲਾ ਹੋਰ ਮੰਦਰ ਹੈ। ਇੰਡੀਆ ਯਾ ਗੁੱਡ, ਇੰਡੀਆ ਗੁੱਡ, ਬਸ ਇੰਡੀਆ ਗੁੱਡ ਕਹਿ ਕੇ ਪੈਸੇ ਬਟੋਰਨ ਨੂੰ ਰਹਿੰਦੇ ਨੇ, ਬਾਲੇ ਪੈਸੇ ਮੰਗਦੇ ਆ ਇਜਿਪਟ ਵਾਲੇ। ਕਮੈਂਟਸ ਆਏ ਸੀ ਬਹੁਤ ਸਾਰੇ, ਹਾਂਜੀ ਕਹਿੰਦੇ ਵੀ ਇਜਿਪਟ ਵਧੀਆ ਤਾਂ ਹੈਗਾ ਬਸ ਇੱਥੇ ਨਾ ਠੱਗ ਬਹੁਤ ਨੇ ਤੁਹਾਨੂੰ ਉਹ ਬਹੁਤ ਨਹੀਂ, ਪਰ ਖੁਸ਼ੀ ਭਾਵੇਂ ਠੱਗ ਨੇ ਪਰ ਮੈਨੂੰ ਵਧੀਆ ਲੋਕ ਲੱਗਦੇ, ਵਧੀਆ ਮਿੱਠਾ ਤਾਂ ਬੋਲਦੇ ਆ, ਹਾਂ ਮੂੰਹ ਦੇ ਮਿੱਠੇ ਵਾਲੇ, ਮੂੰਹ ਦੇ ਮਿੱਠੇ ਆ। ਗਰਮੀ ਬਹੁਤ ਜ਼ਿਆਦਾ ਯਾਰ, ਅਤੇ ਮੈਨੂੰ ਐਂ ਲੱਗਦਾ ਵੀ 11 ਕੁ ਵਜੇ ਹਜੇ ਸਵੇਰ ਦੇ ਅਤੇ 33-34 ਡਿਗਰੀ ਟੈਂਪਰੇਚਰ ਹੋਣਾ। ਅਪ੍ਰੈਲ ਮਹੀਨਾ ਸੱਚੀ ਬਾਹਲਾ ਗਰਮ ਹੁੰਦਾ ਹੈਗਾ ਇੱਥੋਂ ਦਾ ਇਜਿਪਟ ਦਾ, ਅਤੇ ਕੰਫਰਟੇਬਲ ਵੈਦਰ ਤਾਂ ਜਨਵਰੀ ਫਰਵਰੀ ਬਸ ਆਹੀ ਦੋ ਆ। ਜਿਵੇਂ ਆਹ ਲਿਖਿਆ ਨਾ ਟੋਂਬ ਨੌਫ ਨੰਬਰ 62 ਅਤੇ ਇੱਥੇ 63 ਕਬਰਾਂ ਸਾਰੀਆਂ, ਅਤੇ ਕਈਆਂ 'ਚ ਤਾਂ ਲੋਕ ਜਾਂਦੇ ਨਹੀਂ ਹੈਗੇ ਅਤੇ ਕਈਆਂ 'ਚ ਲੋਕ ਚੱਲ ਜਾਂਦੇ ਆ, ਸਾਰੀਆਂ ਵੈਸੇ ਦੇਖਣ ਯੋਗ ਸ਼ਾਇਦ ਨਾਮ ਹੀ ਹੋਣ। ਜਿਹੜਾ ਬੰਦਾ ਗਲਤ ਚੱਲ ਜਾਂਦਾ ਹੋਊਗਾ ਉਹ ਤਾਂ ਪਛਤਾਉਂਦਾ ਹੋਊਗਾ। ਅਤੇ ਅਸੀਂ ਆਏ ਹਾਂ ਮਤਲਬ 8-11 2-8-11 ਕਈ 6-8-11 'ਚ ਵੱਧ ਜਾਂਦੇ ਨੇ, 8-11 ਦਾ ਇੰਪੋਰਟੈਂਸ ਹੀ ਹੈ, ਪਰ ਜਿਹੜੀ ਪਹਿਲੀ 'ਚ ਗਏ ਸੀ ਰਾਮਸਿਸ 4 ਦੀ ਉਹ ਵੀ ਬਹੁਤ ਇੰਪੋਰਟੈਂਸ ਹੈ। ਇਹ ਹੈਗੀ ਹੈ ਜੀ ਰਾਮੇਸਿਸ, ਇਹਦਾ ਨਾਮ ਹੈ ਨਾ ਰਾਮਸਿਸ ਬੋਲਦੇ ਨਾ ਮੈਂ, ਵੈਸੇ ਰਾਮੇਸਿਸ ਹੈ, ਰਾਮੇਸਿਸ ਰਾਮੇਸਿਸ 5 ਅਤੇ 6, ਅਤੇ ਇਹਦੀ ਸਾਡੇ ਕੋਲ ਟਿਕਟ ਨਹੀਂ ਹੈਗੀ। ਟਿਕਟ ਆਪਣੇ ਕੋਲ ਆਪਾਂ ਨੂੰ ਚੂਜ਼ ਕਰਨਾ ਪੈਣਾ ਕਿ ਆਪਾਂ ਕਿਹੜੀ ਕਿਹੜੀ 'ਚ ਜਾਣਾ। ਅੱਛਾ ਮਤਲਬ ਆਪਣੇ ਕੋਲ ਇਹ ਨਹੀਂ ਹੈਗਾ 600 ਇਜੀਪਸ਼ੀਅਨ ਪਾਉਂਡ ਪੇ ਕੀਤਾ, ਹਾਂਜੀ ਇਹ ਸਾਰੀਆਂ ਮਤਲਬ ਟਰਮਸ ਲਈ ਆ, ਉਹਨਾਂ 'ਚ ਆਪਾਂ ਡਿਸਾਈਡ ਕਰਨਾ ਕਿ ਆਪਾਂ ਕਿਹੜੀ ਕਿਹੜੀ, ਆਪਣੀ ਮਰਜ਼ੀ ਹੈ ਜੀ। ਮੈਂ ਕਿਹਾ ਕਿ ਤੇ ਉਹਨਾਂ ਨੇ ਸਪੈਸ਼ਲ ਦੱਸਿਆ ਵੀ ਤੁਸੀਂ ਸ਼ੁਰੂ 'ਚ ਦੱਸਿਆ ਸੀ ਕਿ ਮੈਂ ਟਿਕਟ ਆਫੀਸਰ ਤੋਂ ਪੁੱਛਿਆ ਉਹ ਮੈਂ ਉਹਦੀ ਹੀ ਰਾਇ ਲੈ ਲਈ ਸੀਗੀ ਵੀ ਜ਼ਿਆਦਾ ਟੂਰਿਸਟ ਕਿਹੜੇ ਨੂੰ ਪ੍ਰੈਫਰ ਕਰਦੇ। ਅੱਛਾ ਉਹਨੇ ਦੱਸਤਾ ਸੀ ਵੀ ਆਹ 3 'ਚ ਚੱਲ ਜਾਇਓ। ਹਾਂ ਉਹ ਕਹਿੰਦੇ ਵੀ ਉਹ ਜ਼ਿਆਦਾ ਪਾਪੂਲਰ ਨੇ ਔਰ ਉਹਨਾਂ 'ਚ ਜਿਵੇਂ ਇੱਕ 'ਚ ਤਾਂ ਕਲਾਕ੍ਰਿਤੀਆਂ ਵਾਲੀਆਂ ਸੀ, ਇੱਕ ਡੀਪ ਬਹੁਤ ਹੋਊਗੀ ਤੇ 3rd 'ਚ ਆਪਾਂ ਸਾਰਾ ਕੁਝ ਹੀ ਹੋ ਜਾਵੇ ਮਿਕਸ। ਆ ਦੇਖੋ ਉਹ ਨਾ ਐਵੇਂ ਆਹ ਕੱਢ ਦਿੰਦੇ ਨੇ ਗਲੀਆਂ, ਆਪਾਂ 2 'ਚ ਚੱਲੇ ਗਏ ਨੇ, ਅਸੀਂ ਆ 2 'ਚ ਜਾਏ ਹੁਣ ਤੱਕ, ਆ 2 ਗਲੀਆਂ ਹੋਈਆਂ, ਹੁਣ ਇੱਕ ਵੈਲਡ ਆਪਣੇ ਕੋਲੇ ਜਿਹੜੀ ਮਰਜ਼ੀ ਇੱਕ 'ਚ ਵਗਦੀ ਹੈ। ਤੇ ਹੁਣ ਵੀ ਲਾਸਟ ਵਾਲੀ ਸਾਡੀ ਦੇਖਦੇ ਆ ਕਿਹੜੀ 'ਚ ਜਾਣਾ, ਪੁੱਛ ਲੈਨੇ ਆ ਫਿਰ ਹਜੇ ਇੱਥੇ। 2 ਇਜ਼ ਕਲੋਜ਼ਡ, 2 ਕਲੋਜ਼ ਰਾਮਸਿਸ ਇਜ਼ ਕਲੋਜ਼ਡ, 2 ਕਲੋਜ਼ ਓਕੇ ਰਾਮਸਿਸ 11 ਰਾਮਸਿਸ 9 ਉਪਰ ਜੀ ਉਨ ਦਾ ਰਾਈਟ 11 ਇਜ਼ ਬੈਸਟ ਔਰ
3 ਇਜ਼ ਬੈਸਟ, 3 ਬੈਸਟ, 3 ਇਜ਼ ਬੈਸਟ। ਇਹ ਕਹਿੰਦਾ ਵੀ 11 ਚ ਨਾ ਜਾਇਓ, 11 ਤੋਂ ਜਿਹੜਾ ਰਾਮਸਿਸ 3 ਹੈ, ਥੈਂਕ ਯੂ ਸ਼ੁਕਰਾਨ, ਜਿਹੜਾ ਮਤਲਬ ਉਹ 3 ਹੈ ਬੈਸਟ ਹੈ। ਰਾਮਸਿਸ ਦੂਜਾ ਜਿਹੜਾ ਸਭ ਤੋਂ ਇੱਥੋਂ ਦੇ ਪਾਵਰਫੁਲ ਕਿੰਗ ਸੀਗੇ ਤੁਹਾਨੂੰ ਦੱਸਿਆ ਸੀਗਾ, ਉਹਨਾਂ ਦੀ ਜਿਹੜੀ ਟੋਂਬ ਆ ਉਹ ਬੰਦ ਕੀਤੀ ਹੋਈ ਉਹ 'ਚ ਤੁਸੀਂ ਜਾ ਨਹੀਂ ਸਕਦੇ। ਸਾਨੂੰ ਐਂ ਸੀ ਵੀ ਜਿਹੜੇ ਤਕੜੇ ਇੰਨੇ ਮਹਾਰਾਜੇ ਹੋਏ ਇੱਥੋਂ ਦੇ ਵੀ ਉਹਨਾਂ ਦੀ ਟੋਂਬ ਹੈ ਜਿਹੜਾ ਉਹ ਦੇਖ ਕੇ ਆਈਏ। ਹੁਣ ਇਹਦੇ ਵਿੱਚ ਜਾਂਦੇ ਹਾਂ ਅਸੀਂ, ਲੱਗਦਾ ਇੰਡੀਆ ਇੰਡੀਆ ਸੋਹਣੀ ਆ, ਹਿੰਦੀ ਅੰਦਰੋਂ ਤਾਂ ਸੋਹਣੀ ਲੱਗ ਰਹੀ ਹੈ ਮੈਂ ਕਿਹਾ ਵਾਕਈ। ਚਲੋ ਦੇਖਦੇ ਹਾਂ ਜੀ, ਉਹ ਪਹਿਲਾਂ ਵਾਲੀ ਤਾਂ ਧੂੜ ਮਿੱਟੀ ਵਾਲੀ ਸੀ ਯਾਰ, ਆ ਵਧੀਆ ਅਸਲ 'ਚ ਮੈਨੂੰ ਐਂ ਲੱਗਦਾ ਰਿਪਨ ਇਹਨਾਂ ਨੇ ਬੰਦ ਤਾਂ ਕਰ ਰੱਖੇ ਨੇ, ਉਹ ਚੱਲ ਰਹੀ ਹੋਣੀ ਰੈਨੋਵੇਸ਼ਨ, ਰੈਨੋਵੇਸ਼ਨ ਹਾਂਜੀ। ਆਹ ਸੋਹਣੀ ਹੈ ਯਾਰ, ਸਹੀ ਗੱਲ ਹੈ, ਸਾਫ਼ ਸੁਥਰੀ ਨਾਲ। ਇਹ ਰਾਮਸਿਸ ਤੀਜੇ ਨੇ ਹਨਾ, ਕੇਬੀ 11 ਹਾਂਜੀ। ਇਹ ਬਿਲਕੁਲ ਲਾਸਟ 'ਤੇ ਜਾ ਕੇ ਇਹ ਸਾਹਮਣੇ ਵਾਲੇ ਪਾਸੇ ਟੋਂਬ ਆ ਗਈ ਜੀ ਰਾਜਾ ਜੀ ਦੀ। ਇਸ ਤਰ੍ਹਾਂ ਦਾ ਕੁਛ ਹੈ, ਵਧੀਆ ਬਣੀ ਹੋਈ ਹੈ, ਕੁਛ ਡਿਫਰੈਂਟ ਦੇਖਣ ਨੂੰ ਮਿਲਿਆ ਇਹਦੇ 'ਚ। ਅਤੇ ਸਾਹਮਣੇ ਵਾਲੇ ਪਾਸੇ ਜਿਵੇਂ ਪਹਿਲਾਂ ਦੱਸਿਆ ਸੀਗਾ ਪੇਂਟਿੰਗ ਸਾਰਾ ਹੋਰ ਉਹ ਸਾਰਾ ਬਣਾਇਆ ਹੋਇਆ ਜੀ। ਅੱਗੇ ਹੋਣੀ ਹਜੇ ਅੱਗੇ ਵੀ ਜਾ ਰਹੀ ਹੈ ਇਹ ਜੀ। ਨਹੀਂ 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 ਅੱਗੇ ਵੀ ਹੈ, ਉਹ ਦੇਖੋ ਬਾਬਾ ਲੰਬੀ ਜ਼ਿਆਦਾ ਡੂੰਘੀ ਨਹੀਂ। ਆ ਦੇਖੋ ਰਿਪਨ ਇਹਦੇ ਮਿੱਟੀਆਂ ਨਹੀਂ ਹੋਈਆਂ। ਵਾਹ ਕਮਾਲ ਹੈ ਯਾਰ, ਕਮਾਲ ਦਾ ਆਰਟ ਹੈਗਾ। ਅਤੇ ਸਾਨੂੰ ਤਾਂ ਇਹ ਚਿੱਤਰਕਾਰੀਆਂ ਦੀ ਇੰਨੀ ਸਮਝ ਨਹੀਂ, ਮਤਲਬ ਜਿਹੜੇ ਬੰਦੇ ਪੇਂਟਿੰਗਸ ਕਰਦੇ ਨੇ ਜਿਹਨਾਂ ਨੂੰ ਸਮਝ ਹੈ, ਅਤੇ ਮੈਂ ਕਹਿੰਦਾ ਤੁਹਾਨੂੰ ਐਂ ਆ ਕੇ ਲੱਗੂਗਾ ਵੀ ਵਾਕਈ 5000 ਸਾਲ ਪੁਰਾਣੀ ਦਾ ਘੱਟੋ ਘੱਟ ਇਹ ਮਤਲਬ ਹੋਣੀ ਆ 5000 ਸਾਲ ਪੁਰਾਣਾ ਸਾਰਾ ਪਿਆ। ਹਜੇ ਹੋਰ ਥੱਲੇ ਜਾਣਾ ਸੀ, ਇਹ ਦੇਖੋ ਹੋਰ ਥੱਲੇ ਜਾਣਾ, ਬਿਲਕੁਲ ਲਾਸਟ 'ਤੇ ਜਾ ਕੇ ਦਰਵਾਜ਼ਾ ਮੇਰੇ ਖਿਆਲ 'ਚ ਬੰਦ ਹੋ ਜਾਂਦਾ ਹੈਗਾ। ਅਤੇ ਆ ਸਾਹਮਣੇ ਕੁਛ ਲੱਗਿਆ ਹੋਇਆ, ਅੱਗੇ ਜਾਣਾ ਅਲਾਊਡ ਨਹੀਂ ਹੈਗਾ ਹਜੇ। ਜਿਵੇਂ ਤੁਹਾਨੂੰ ਦੱਸ ਰਿਹਾ ਸੀ ਨਾ, ਇਹ ਬਹੁਤ ਡੂੰਘੀਆਂ ਨੇਗੀਆਂ, ਹਜੇ ਨਹੀਂ ਪਤਾ ਅੱਗੇ ਕਿੰਨੀ ਕੁ ਡੂੰਘੀ ਹੋਊਗੀ। ਉਹ ਇੱਥੇ ਤੱਕ ਲਾਈਟਿੰਗ ਹੈ, ਇੱਥੇ ਤੱਕ ਜਾ ਸਕਦੇ ਹਾਂ।